वाहेगुरु जी का खालसा वाहेगुरु जी की फतेह जी। धन धन दशमेश पिता सुबंस दानी पंथ के व्याली शाहो शहन शाह द्रवेश गुरु गोबिंद सिंह जी महाराज जी ने अपने बचपन काल विच कई तरह दीआं लीलां कीतीआं जिन्हां विचों एक बारे अज असीं गल करांगे। बचपन हर बालक दा शाही जीवन हुंदा है पर कई महापुरखां दा बचपन जीवन तां बहुत विस्माद करन वाला हुंदा है। समां अपनी मधुर चाल नाल तुरिया गया, ज्यों ज्यों समां अगे तुरिया त्यों त्यों साहिबजादे गोबिंद राय जी वड्डे हुंदे गए। पहला माता गुजरी जी, माता नानकी जी अते दासियां दीआं गोदां विच ਤੇ ਉਹਨਾਂ ਦੇ ਥਰਥਰਾਉਂਦੇ ਹੱਥਾਂ ਉੱਪਰ ਖੇਡੇ, ਫਿਰ ਸਾਫ ਸੁਥਰੇ ਗਲੀਚਿਆਂ ਵਾਲੇ ਫਰਸ਼ਾਂ ਉੱਪਰ ਰਿੜਨ ਲੱਗੇ। ਰਿੜਦੇ ਰਿੜਦੇ ਹੀ ਉੱਠਦੇ ਖਲੋਣ ਲੱਗੇ। ਇੱਕ ਸਾਲ ਦੇ ਹੋ ਗਏ, ਮਾਤਾ ਜੀ ਨੇ ਖੁਸ਼ੀਆਂ ਕੀਤੀਆਂ, ਪੁੰਨ ਦਾਨ ਕੀਤਾ, ਤੋਤਲੀ ਜੀਭਾ ਨਾਲ ਮਿੱਠੇ ਬਚਨ ਕਰਨ ਲੱਗੇ। ਜਿਹੜਾ ਮੱਥੇ ਲੱਗਦਾ ਤੇ ਜੋ ਦਰਸ਼ਨ ਪਾਉਂਦਾ ਤੇ ਬਚਨ ਸੁਣਦਾ ਉਹ ਹੀ ਨਿਹਾਲ ਹੋ ਜਾਂਦਾ। ਉਸ ਪਾਪੀ ਜਿਉੜੇ ਦੇ ਸਾਰੇ ਪਾਪ ਇਉਂ ਕੱਟੇ ਜਾਂਦੇ ਜਿਵੇਂ ਤੇਜ਼ ਕਰਦ ਨਾਲ ਖਰਬੂਜਾ ਕੱਟਿਆ ਜਾਂਦਾ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਜਿਗਿਆਸੂ ਸ਼ਰਧਾਲੂ ਸਿੱਖ ਅਤੇ ਮਾਈਆਂ ਬੀਬੀਆਂ ਧਰਮਸ਼ਾਲਾ ਦੇ ਬੂਹੇ ਅੱਗੇ ਆ ਖਲੋਂਦੀਆਂ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਰੂਪ ਦੇ ਕਿਵੇਂ ਨਾ ਕਿਵੇਂ ਦਰਸ਼ਨ ਹੋ ਜਾਣ। ਜੇ ਰੋਗੀ ਨੇ ਦੀਦਾਰ ਪਾਇਆ ਤਾਂ ਉਹ ਅਰੋਗ ਹੋ ਗਿਆ, ਜੇ ਜੋਗੀ ਨੇ ਦਰਸ਼ਨ ਕੀਤਾ ਤਾਂ ਉਹ ਮੁਕਤ ਹੋ ਗਿਆ, ਤੇ ਜੇ ਭੋਗੀ ਨੇ ਦਾਤੇ ਨੂੰ ਦੇਖਿਆ ਤਾਂ ਉਹ ਭਗਤ ਹੋ ਗਿਆ। ਮਮਤਾ ਕੁੱਠੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਕੁੱਛੜ ਵਿੱਚ ਚੁੱਕੀ ਇਸ ਤਰ੍ਹਾਂ ਨੱਠੀਆਂ ਆਉਂਦੀਆਂ ਜਿਵੇਂ ਗਊ ਹਰੇ ਪੱਠਿਆਂ ਅਤੇ ਬੱਚੇ ਵੱਲ ਜਾਂਦੀ ਹੈ। ਉਹ ਆਪਣੇ ਪੁੱਤਰਾਂ ਸਮੇਤ ਬਾਲ ਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੀਆਂ ਸਨ। ਸਤਵਾਦੀ ਸਤਿਗੁਰੂ ਜੀ ਦੇ ਮੁਖੋਂ ਜੋ ਬਚਨ ਨਿਕਲਦਾ ਉਹ ਸੱਤ ਹੁੰਦਾ। ਜੇ ਕਿਸੇ ਨੂੰ ਆਖਦੇ ਤੂੰ ਧਨੀ ਹੈ ਤਾਂ ਉਹ ਦੌਲਤਮੰਦ ਹੋ ਜਾਂਦਾ, ਕਿਸੇ ਨੂੰ ਕਹਿੰਦੇ ਕਿ ਤੂੰ ਭਗਤ ਹੈ ਤਾਂ ਉਹ ਸੱਚਮੁੱਚ ਭਗਤੀ ਕਰਨ ਲੱਗ ਪੈਂਦਾ। ਜੋਤਸ਼ੀਆਂ ਤੇ ਵੈਦਾਂ ਦੇ ਘਰਾਂ ਦੀ ਤਰ੍ਹਾਂ ਮਾਤਾ ਗੁਜਰੀ ਜੀ ਦੇ ਘਰ ਅੱਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੀੜ ਹੀ ਰਹਿੰਦੀ। ਸੁਗੰਧੀ ਵਾਂਗ ਇਹ ਖਬਰ ਸਾਰੇ ਪਟਨਾ ਵਿੱਚ ਖਿਲਰ ਗਈ ਕਿ ਪਟਨਾ ਦੇ ਸਾਲਮ ਸਰਾਏ ਦੀ ਧਰਮਸ਼ਾਲਾ ਵਿੱਚ ਮਰਦ ਦੇਸ਼ ਪੰਜਾਬ ਤੋਂ ਆਏ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਘਰ ਐਸਾ ਬਾਲਕ ਨੇ ਜਨਮ ਲਿਆ ਹੈ ਜੋ ਬਚਪਨ ਤੋਂ ਹੀ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਦੂਜੇ ਪਾਸੇ ਗੰਗਾ ਦੇ ਕਿਨਾਰੇ ਪਟਨਾ ਵਿੱਚ ਅਨੇਕਾਂ ਛੋਟੇ ਛੋਟੇ ਮੰਦਰ ਸਨ। ਉਹਨਾਂ ਮੰਦਰਾਂ ਦੇ ਵਿੱਚ ਠਾਕਰਾਂ ਦੀਆਂ ਮੂਰਤੀਆਂ ਸਨ। ਉਹਨਾਂ ਮੂਰਤੀਆਂ ਦੀ ਪੂਜਾ ਕਰਨ ਵਾਲੇ ਅਨੇਕਾਂ ਪੰਡਿਤ ਸਨ। ਭੋਲੇ ਲੋਕ ਸਮਝਦੇ ਸਨ ਕਿ ਠਾਕੁਰਾਂ ਦੇ ਪੁਜਾਰੀ ਨੇ ਭਗਵਾਨ ਦੇ ਦਰਸ਼ਨ ਕਰ ਲਏ ਹਨ ਤੇ ਇਹ ਕਲਿਆਣ ਪ੍ਰਾਪਤ ਕਰ ਚੁੱਕੇ ਹਨ, ਪਰ ਉਹਨਾਂ ਨੂੰ ਨਾ ਤਾਂ ਭਗਵਾਨ ਦੇ ਦਰਸ਼ਨ ਹੋਏ ਸਨ ਤੇ ਨਾ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਸੀ। ਉਹ ਤਾਂ ਪੱਥਰਾਂ ਦੀ ਪੂਜਾ ਕਰਕੇ ਮਨ ਨੂੰ ਪੱਥਰ ਬਣਾ ਚੁੱਕੇ ਸਨ। ਐਸੇ ਪੰਡਿਤਾਂ ਵਿੱਚ ਇੱਕ ਸ਼ਿਵ ਦੱਤ ਪੰਡਿਤ ਸੀ। ਇਹ ਪੰਡਿਤ ਵੇਦਾਂ ਸ਼ਾਸਤਰਾਂ ਦਾ ਪਾਠੀ, ਪੂਜਾ ਅਤੇ ਕਿਰਿਆ ਕਰਮ ਵਾਲਾ ਸੀ। ਇਸ ਦੀ ਕਥਾ ਸੁਣ ਕੇ, ਇਸ ਦੀ ਕੀਤੀ ਪੂਜਾ ਨੂੰ ਦੇਖ ਕੇ ਅਤੇ ਇਸ ਦੀ ਮੰਦਰਾਂ ਵਿੱਚ ਸਮਾਧੀ ਤੌਰ ਤੇ ਸੂਰਤ ਨੂੰ ਤੱਕ ਕੇ ਲੋਕ ਅਨੁਭਵ ਕਰਦੇ ਸਨ ਕਿ ਸ਼ਿਵ ਦੱਤ ਹੁਣ ਖੁਦ ਭਗਵਾਨ ਰੂਪ ਹੋ ਚੁੱਕਾ ਹੈ। ਭੋਲੇ ਲੋਕੀ ਉਹਦੇ ਕੋਲੋਂ ਮੁਰਾਦਾਂ ਹਾਸਲ ਕਰਨ ਵਾਸਤੇ ਆਉਂਦੇ ਸਨ, ਪਰ ਉਹਦੇ ਮਨ ਦੀ ਅਵਸਥਾ ਨਿਰਾਲੀ ਸੀ। ਉਹ ਤਾਂ ਸ਼ਾਂਤੀ ਤੇ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਤੜਫਦਾ ਰਹਿੰਦਾ ਸੀ। ਉਸ ਨੂੰ ਨਾ ਰਾਤ ਨੀਂਦ ਆਉਂਦੀ ਸੀ ਤੇ ਨਾ ਦਿਨੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਸੀ। ਉਹ ਸ਼੍ਰੀ ਕ੍ਰਿਸ਼ਨ ਤੇ ਸ਼੍ਰੀ ਰਾਮ ਚੰਦਰ ਜੀ ਦੀਆਂ ਮੂਰਤੀਆਂ ਦਾ ਧਿਆਨ ਧਰ ਕੇ ਬੈਠਦਾ। ਦੋਹਾਂ ਰੂਪਾਂ ਦੇ ਵਿੱਚ ਭਗਵਾਨ ਉਸ ਨੂੰ ਦਰਸ਼ਨ ਨਾ ਦਿੰਦਾ ਉਹ ਵਿਆਕੁਲ ਚਿੱਤ ਰਹਿੰਦਾ। ਇੱਕ ਦਿਨ ਉਹ ਠਾਕੁਰ ਪੂਜਾ ਕਰਨ ਪਿੱਛੋਂ ਗੰਗਾ ਦੇ ਕਿਨਾਰੇ ਸਮਾਧੀ ਲਾ ਕੇ ਬੈਠ ਗਿਆ। ਸਵੇਰ ਦਾ ਵੇਲਾ ਸੀ, ਪੂਰਬ ਵੱਲੋਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਉਸਦੇ ਚਿਹਰੇ ਉੱਤੇ ਪੈਂਦੀਆਂ ਸਨ। ਉਸਨੇ ਮਨ ਹੀ ਮਨ ਫੈਸਲਾ ਕੀਤਾ ਸੀ ਕਿ ਸ਼੍ਰੀ ਕ੍ਰਿਸ਼ਨ ਰੂਪ ਵਿੱਚ ਜ਼ਰੂਰ ਭਗਵਾਨ ਜੀ ਦੇ ਦਰਸ਼ਨ ਕਰੇਗਾ। ਉਸ ਨੇ ਚਿੱਤ ਜੋੜਨ ਦਾ ਯਤਨ ਕੀਤਾ। ਭਗਵਾਨ ਨੇ ਉਸ ਤੇ ਦਇਆ ਦ੍ਰਿਸ਼ਟੀ ਕੀਤੀ, ਉਸ ਦੀ ਮਨੋਕਾਮਨਾ ਪੂਰਨ ਕਰਨ ਵਾਸਤੇ ਨਵਾਂ ਹੀ ਕੌਤਕ ਰਚ ਦਿੱਤਾ। ਉਹ ਕੌਤਕ ਇਹ ਕਿ ਬਾਲ ਰੂਪ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੇ ਮਾਸੂਮ ਤੇ ਪ੍ਰੇਮ ਭਰੇ ਮਨ ਨੂੰ ਪ੍ਰੇਰਣਾ ਕੀਤੀ ਕਿ ਉਹ ਸ਼ਿਵ ਦੱਤ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਦਰਸ਼ਨ ਦੇਣ, ਉਸੇ ਤਰ੍ਹਾਂ ਦਰਸ਼ਨ ਹੋਣ ਜਿਵੇਂ ਬਿੰਦਰਾਬਨ ਤੇ ਗੋਕਲ ਦੇ ਵਾਸੀਆਂ ਨੂੰ ਬਾਲਕ ਰੂਪ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਹੋਇਆ ਕਰਦੇ ਸਨ। ਸਾਹਿਬ ਘਰੋਂ ਨਿਕਲੇ, ਦੋ ਬਾਲਕਾਂ ਨੂੰ ਨਾਲ ਲਿਆ ਅਤੇ ਕਿਹਾ ਚਲੋ ਗੰਗਾ ਇਸ਼ਨਾਨ ਕਰੀਏ, ਖੇਡੀਏ ਤੇ ਮੌਜਾਂ ਕਰੀਏ। ਇਹ ਅੱਗੇ ਨਸੇ ਨਸੇ ਗੰਗਾ ਕਿਨਾਰੇ ਚਲੇ ਗਏ। ਸਾਹਿਬਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕੋਈ ਉਹਨਾਂ ਨੂੰ ਆਵਾਜ਼ਾਂ ਮਾਰ ਕੇ ਆਖ ਰਿਹਾ ਹੈ, ਛੇਤੀ ਆਓ, ਦੇਰ ਨਾ ਕਰੋ, ਛੇਤੀ ਆਓ। ਇਹ ਅਗੰਮੀ ਆਵਾਜ਼ ਪੰਡਿਤ ਸ਼ਿਵ ਦੱਤ ਦੇ ਹਿਰਦੇ ਦੀ ਸੀ। ਉਹ ਦਰਸ਼ਨ ਵਾਸਤੇ ਤੜਫ ਰਿਹਾ ਸੀ। ਪਰਮੇਸ਼ਵਰ ਅੱਜ ਪੰਡਿਤ ਦੀਆਂ ਮਨੋਕਾਮਨਾ ਪੂਰੀਆਂ ਕਰਨ ਤੇ ਤੁਲੇ ਹੋਏ ਸਨ। ਸਾਹਿਬ ਖੇਡਦੇ ਖੇਡਦੇ ਇਕੱਲੇ ਹੀ ਉਸ ਪਾਸੇ ਨੂੰ ਚਲੇ ਗਏ ਜਿੱਧਰ ਪੰਡਿਤ ਸ਼ਿਵ ਦੱਤ ਜੀ ਸਨ। ਉਹਨਾਂ ਦੇ ਕੋਲ ਹੀ ਜਾ ਪੁੱਜੇ। ਪੰਡਿਤ ਸ਼ਿਵ ਦੱਤ ਨੇ ਸਮਾਧੀ ਲਾਈ ਹੋਈ ਸੀ, ਉਹਦੇ ਨੈਣ ਮੁੰਦੇ ਹੋਏ ਸਨ ਅਤੇ ਉਹ ਇਕੱਲਾ ਬੈਠਾ ਹੋਇਆ ਸੀ। ਸਤਿਗੁਰੂ ਜੀ ਉਸਦੇ ਕੋਲ ਚਲੇ ਗਏ, ਕੋਲ ਜਾ ਕੇ ਉਸਦੇ ਕੰਨ ਵਿੱਚ ਕਹਿਣ ਲੱਗੇ, ਪੰਡਿਤ ਜੀ। ਇਹ ਸ਼ਬਦ ਪੰਡਿਤ ਜੀ ਨੇ ਉਹਨਾਂ ਦੇ ਸਾਰੇ ਤਨ ਵਿੱਚ ਥਰਥਰਾਹਟ ਪੈਦਾ ਕਰ ਦਿੱਤੀ। ਉਸ ਨੂੰ ਅਨੁਭਵ ਹੋਇਆ ਕਿ ਭਗਵਾਨ ਜੀ ਆ ਪੁੱਜੇ ਹਨ, ਜਿਸ ਵੇਲੇ ਦੀ ਉਡੀਕ ਸੀ ਉਹ ਆ ਗਿਆ ਹੈ।
ਅਜੇ ਉਹਨਾਂ ਨੇ ਨੈਣ ਨਹੀਂ ਸਨ ਖੁੱਲੇ ਕਿ ਸਤਿਗੁਰੂ ਜੀ ਨੇ ਫਿਰ ਕਿਹਾ, ਪੰਡਿਤ ਜੀ ਹੁਣ ਨੈਣ ਮੁੰਦੇ ਨਾ ਰਹੇ, ਕੌਲ ਫੁੱਲ ਅਤੇ ਸੂਰਜਮੁਖੀ ਦੇ ਫੁੱਲ ਵਾਂਗ ਖੁੱਲ ਗਏ। ਖੁੱਲੇ ਨੈਣਾਂ ਨਾਲ ਸਾਹਮਣੇ ਦੇਖਿਆ ਕਿ ਕੁਝ ਵੀ ਨਹੀਂ ਸੀ। ਛੇਤੀ ਨਾਲ ਪਿੱਛੇ ਮੁੜ ਕੇ ਦੇਖਿਆ, ਪਿਛਲੇ ਪਾਸੇ ਸਤਿਗੁਰੂ ਜੀ ਖਲੋਤੇ ਮੁਸਕਰਾ ਰਹੇ ਸਨ। ਪ੍ਰਭੂ ਨੇ ਮਾਇਆ ਦਾ ਐਸਾ ਪਸਾਰਾ ਕੀਤਾ ਕਿ ਪੰਡਿਤ ਜੀ ਨੂੰ ਸ੍ਰੀ ਕ੍ਰਿਸ਼ਨ ਦਾ ਪ੍ਰਤੱਖ ਦਰਸ਼ਨ ਹੋਇਆ ਜਮੁਨਾ ਕਿਨਾਰੇ, ਜਿਵੇਂ ਕਦੇ ਉਹ ਬਾਂਸਰੀ ਹੱਥ ਵਿੱਚ ਫੜ ਕੇ ਤੇ ਕਦੇ ਜੰਗਲੀ ਫੁੱਲਾਂ ਦੀ ਫੁੱਲ ਮਾਲਾ ਪਾ ਕੇ ਮੁਸਕਰਾਇਆ ਕਰਦੇ ਸਨ। ਪੰਡਿਤ ਨਿਹਾਲ ਹੋ ਗਿਆ, ਉੱਠ ਕੇ ਚਰਨਾਂ ਉੱਪਰ ਮੱਥਾ ਟਿਕਿਆ। ਖੁਸ਼ੀਆਂ ਦੇ ਹੁਲਾਰੇ ਆਏ, ਉਹਨਾਂ ਹੁਲਾਰਿਆਂ ਨੇ ਉਸਦੇ ਮਨ ਤਨ ਨੂੰ ਨਚਾ ਦਿੱਤਾ। ਹੇ ਭਗਵਾਨ, ਮੇਰੇ ਤੇ ਮਿਹਰ ਕਰੋ, ਦਇਆ ਕਰੋ, ਮੈਂ ਇੱਕ ਪਾਪੀ ਜੀਵ ਹਾਂ, ਮੇਰਾ ਕਲਿਆਣ ਹੋਵੇ, ਦਿਮਾਗ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇ। ਸ਼ਿਵ ਦੱਤ ਨੇ ਤਰਲੇ ਪਾਏ। ਪ੍ਰਭੂ ਦੇ ਹੁਕਮ ਵਿੱਚ ਸਾਰੇ ਕਾਰਜ ਕਰਨ ਵਾਲੇ ਬਾਲਾ ਪ੍ਰੀਤਮ ਜੀ ਮੁਸਕਰਾਉਂਦੇ, ਹੱਸਦੇ ਅਤੇ ਉਛਲਦੇ ਹੋਏ ਆਪਣੇ ਸਾਥੀਆਂ ਵੱਲ ਨੱਠ ਆਏ। ਸ਼ਿਵ ਦੱਤ ਨੇ ਜਦੋਂ ਦੇਖਿਆ ਕਿ ਉਸਦਾ ਭਗਵਾਨ ਉਸਦੇ ਕੋਲੋਂ ਜਾ ਰਿਹਾ ਹੈ ਤਾਂ ਉਹ ਵੀ ਆਸਣ ਛੱਡ ਕੇ ਪਿੱਛੇ ਤੁਰ ਪਿਆ। ਉਸਨੇ ਅੱਗੇ ਹੋ ਕੇ ਫਿਰ ਚਰਨ ਫੜ ਲਏ। ਪੰਡਿਤ ਜੀ, ਤੁਸੀਂ ਨਿਹਾਲ ਹੋਏ, ਸਤਿਗੁਰੂ ਜੀ ਦਾ ਬਚਨ ਸੀ। ਮੈਂ ਨਿਹਾਲ ਹੋਇਆ, ਸੱਚਮੁੱਚ ਮੈਂ ਨਿਹਾਲ ਹੋਇਆ, ਪੰਡਿਤ ਸ਼ਿਵ ਦੱਤ ਨੇ ਸਤਿਗੁਰੂ ਜੀ ਨੂੰ ਕਿਹਾ। ਇਉਂ ਕਹਿੰਦਾ ਹੋਇਆ ਉਹ ਪ੍ਰਭੂ ਜਸ ਕਰਨ ਲੱਗਾ। ਉਸਨੇ ਬਾਅਦ ਸਤਿਗੁਰੂ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਪਟਨੇ ਦੇ ਨਰ ਨਾਰੀ ਹੈਰਾਨ ਹੋਏ। ਕਈਆਂ ਭੁੱਲਣਾ ਅਤੇ ਅਗਿਆਨੀਆਂ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਪੰਡਿਤ ਸ਼ਿਵ ਦੱਤ ਪਾਗਲ ਹੋ ਗਿਆ ਹੈ, ਇੱਕ ਮਾਸੂਮ ਬੱਚੇ ਨੂੰ ਆਪਣਾ ਗੁਰੂ ਤੇ ਭਗਵਾਨ ਸਮਝਣ ਲੱਗ ਪਿਆ ਹੈ। ਬਾਰੇ ਪੰਡਿਤ ਵਾਹ, ਵੇਦ ਪੜ੍ਹ ਕੇ ਮੱਤ ਮਾਰੀ ਗਈ, ਪਰ ਜਿਹੜੇ ਚੰਗੇਰੀ ਸੂਝ ਬੂਝ ਵਾਲੇ ਸਨ ਉਹ ਪ੍ਰਸੰਨ ਸਨ। ਉਹਨਾਂ ਵਿੱਚੋਂ ਕਈਆਂ ਦੇ ਬਚਨ ਸਨ ਕਿ ਸ਼ਿਵ ਦੱਤ ਨੇ ਆਖਰ ਕੋਈ ਨਾ ਕੋਈ ਰੋਸ਼ਨੀ ਤੇ ਸ਼ਕਤੀ ਦੇਖੀ ਜ਼ਰੂਰ ਹੈ, ਇੱਕ ਬਾਲਕ ਦੀ ਜੋ ਪੂਜਾ ਕਰਨ ਲੱਗ ਪਿਆ ਹੈ, ਜਿਸ ਨੇ ਪੱਥਰ ਦੇ ਠਾਕੁਰਾਂ ਦੀ ਪੂਜਾ ਕਰਨੀ ਛੱਡ ਦਿੱਤੀ ਹੈ, ਜੋ ਬਾਲ ਰੂਪ ਸਾਹਿਬਜ਼ਾਦੇ ਨੂੰ ਮੱਥਾ ਟੇਕਦਾ ਹੈ, ਉਹਨਾਂ ਦੇ ਪਿੱਛੇ ਪਿੱਛੇ ਨੱਠਾ ਫਿਰਦਾ ਹੈ। ਜਿਵੇਂ ਨੌਵੇਂ ਪਾਤਸ਼ਾਹ ਨੂੰ ਮੱਖਣ ਸ਼ਾਹ ਲਵਾਣੇ ਨੇ ਪ੍ਰਗਟ ਕੀਤਾ ਸੀ, ਤਿਵੇਂ ਸ਼ਿਵ ਦੱਤ ਨੇ ਸਾਰੇ ਪਟਨਾ ਵਿੱਚ ਢੰਡੋਰਾ ਫੇਰ ਦਿੱਤਾ। ਉਹ ਭਲੀ ਲੁਕਾਈ ਪੱਥਰ ਦੇ ਠਾਕੁਰ ਵਿੱਚ ਕੁੱਝ ਨਹੀਂ, ਉਹ ਨੀਰੇ ਪੱਥਰ ਹਨ। ਆਓ, ਜੇ ਕਲਿਆਣ ਚਾਹੁੰਦੇ ਹੋ, ਆਓ ਮੈਂ ਤੁਸਾਂ ਨੂੰ ਭਗਵਾਨ ਦੇ ਕੋਲ ਲੈ ਚੱਲਦਾ ਹਾਂ, ਮੈਂ ਦਰਸ਼ਨ ਕਰਾ ਦੇਵਾਂ। ਪੰਡਿਤ ਸ਼ਿਵ ਦੱਤ ਦਾ ਇਹ ਨਾਰਾ ਸੁਣ ਕੇ ਲੋਕ ਸਾਲਮ ਸਰਾਏ ਦੀ ਧਰਮਸ਼ਾਲਾ ਸਾਹਮਣੇ ਹਰ ਰੋਜ਼ ਇਕੱਠੇ ਹੋਣ ਲੱਗ ਗਏ। ਪੰਡਿਤ ਸ਼ਿਵ ਦੱਤ ਦਾ ਇਹ ਨਾਰਾ ਸੁਣ ਕੇ ਲੋਕ ਸਾਲਮ ਰਾਏ ਦੀ ਧਰਮਸ਼ਾਲਾ ਸਾਹਮਣੇ ਹਰ ਰੋਜ਼ ਇਕੱਠੇ ਹੋਣ ਲੱਗੇ ਕਿ ਉਹ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਮਰਨ ਸਵਾਰ ਲੈਣ। ਪੰਡਿਤ ਸ਼ਿਵ ਦੱਤ ਤਨੋ ਮਨੋ ਤੇ ਧਨੋ ਸਤਿਗੁਰੂ ਜੀ ਦਾ ਹੋ ਗਿਆ, ਉਸਨੂੰ ਸਿੱਖੀ ਮਾਰਗ ਦੀ ਪ੍ਰਾਪਤੀ ਵੀ ਹੋ ਗਈ। ਧੰਨ ਧੰਨ ਸ਼੍ਰੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਵਿੱਚ ਜਿੱਥੇ ਅਨੇਕਾਂ ਯੁੱਧ ਕੀਤੇ, ਖਾਲਸੇ ਪੰਥ ਦੀ ਸਾਜਨਾ ਕੀਤੀ, ਗਿੱਦੜਾਂ ਨੂੰ ਸ਼ੇਰ ਬਣਾਇਆ, ਚਿੜੀਆਂ ਨੂੰ ਬਾਜਾਂ ਨਾਲ ਲੜਾਇਆ, ਪੰਥ ਦੇ ਲਈ ਆਪਣੇ ਪਿਤਾ ਜੀ ਦੀ, ਆਪਣੇ ਪੁੱਤਰਾਂ ਦੀ ਸ਼ਹੀਦੀ ਦਿੱਤੀ, ਜਿੱਥੇ ਗੁਰੂ ਜੀ ਨੇ ਖਾਲਸੇ ਪੰਥ ਦੀ ਖਾਤਰ ਸਿੱਖ ਪੰਥ ਲਈ, ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪਣਾ ਰਾਜ ਭਾਗ ਵੀ ਨਾ ਰੱਖਿਆ। ਅਜਿਹਾ ਗੁਰੂ ਅਤੇ ਅਜਿਹਾ ਅਵਤਾਰ ਸੰਸਾਰ ਵਿੱਚ ਨਾ ਪਹਿਲਾਂ ਹੋਇਆ ਨਾ ਹੀ ਹੋਵੇਗਾ। ਅਜਿਹਾ ਗੁਰੂ, ਅਜਿਹਾ ਵਿਅਕਤੀ ਦਾਨੀਆਂ ਵਿੱਚ ਸਿਰ ਮੋਹ ਦਾਨੀ, ਦੌਲਤਾਂ ਦੇ ਦਾਨੀ, ਅੰਨ ਦੇ ਦਾਨੀ ਦੁਨੀਆਂ ਵਿੱਚ ਦੇਖੇ ਗਏ, ਪਰ ਕੋਈ ਪੁੱਤਰਾਂ ਦਾ ਦਾਨੀ ਇਸ ਦੁਨੀਆਂ ਵਿੱਚ ਨਹੀਂ ਹੋਇਆ। ਅਤੇ ਵੀਰਾਂ ਵਿੱਚੋਂ ਮਹਾਂਵੀਰ ਮਹਾਨ ਯੋਧੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ। ਅਤੇ ਭਗਤਾਂ ਵਿੱਚੋਂ ਸਿਰਮੋਹ ਭਗਤ ਅਜਿਹੇ ਭਗਤ ਸਨ ਜੋ ਯੁੱਧ ਦੇ ਮੈਦਾਨ ਵਿੱਚ ਵੀ ਆਪਣਾ ਨਿਤਨੇਮ ਨਹੀਂ ਛੱਡਦੇ ਸਨ। ਅਤੇ ਜਦੋਂ ਗੁਰੂ ਜੀ ਸਰਸਜ ਨਦੀ ਨੂੰ ਯੁੱਧ ਵਿੱਚ ਪਾਰ ਕਰਨ ਲੱਗੇ ਅਤੇ ਮੁਗਲ ਫੌਜ ਗੁਰੂ ਜੀ ਦੇ ਪਿੱਛੇ ਲੱਗੇ ਹੋਏ ਸਨ, ਤਾਂ ਗੁਰੂ ਜੀ ਨੇ ਕਿਸੇ ਗੱਲ ਦੀ ਪਰਵਾਹ ਕੀਤੇ ਬਿਨਾਂ ਆਪਣੇ ਸਿੰਘਾਂ ਨੂੰ ਉੱਥੇ ਹੀ ਆਸਾ ਜੀ ਦੀ ਬਾਲ ਦਾ ਪਾਠ ਕਰਨ ਦੇ ਲਈ ਕਿਹਾ। ਅਜਿਹਾ ਭਗਤ ਵੀਰ ਅਤੇ ਦਾਨੀ ਕੋਈ ਨਾ ਹੋਇਆ ਅਤੇ ਨਾ ਹੀ ਕੋਈ ਹੋਵੇਗਾ। ਕਿਸੇ ਵਿਅਕਤੀ ਵਿੱਚ ਇੱਕ ਤਾਂ ਗੁਣ ਹੋ ਸਕਦਾ ਹੈ, ਪਰ ਇਹ ਤਿੰਨੋਂ ਗੁਣ ਕਿਸੇ ਵੀ ਮਹਾਨ ਪੁਰਸ਼ ਵਿੱਚ, ਮਹਾਂਪੁਰਸ਼ ਵਿੱਚ ਵੀ ਪਾਏ ਜਾਣ ਅਸੰਭਵ ਹੈ। ਜੇ ਗੁਰੂ ਜੀ ਦੇ ਬਚਪਨ ਤੇ ਝਾਤੀ ਮਾਰੀਏ ਤਾਂ ਗੁਰੂ ਜੀ ਨੇ ਆਪਣੇ ਬਚਪਨ ਵਿੱਚ ਅਨੇਕਾਂ ਕੌਤਕ ਅਤੇ ਲੀਲਾ ਦਿੱਤੀਆਂ, ਜਿਹਨਾਂ ਬਾਰੇ ਅਸੀਂ ਆਪਣੀ ਅਗਲੀਆਂ ਵੀਡੀਓ ਵਿੱਚ ਗੱਲ ਕਰਾਂਗੇ। ਅੱਜ ਦੀ ਸਾਖੀ ਭਾਈ ਸੁਜਾਨ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਲਿਖੀ ਹੈ, ਕਿਉਂਕਿ ਬਹੁਤ ਸਾਰੇ ਸਿੱਖ ਭਗਤ ਦੇ ਇਸ ਗੱਲ ਉੱਪਰ ਕਿੰਤੂ ਪੰਤੂ ਵੀ ਕਰਨਗੇ। ਇਸ ਲਈ ਸਾਧ ਸੰਗਤ ਜੀ ਇਹ ਸਿਰਫ ਉਸ ਸਾਖੀ ਉੱਤੇ ਬੋਲਦੇ ਹਾਂ ਜੋ ਸਿੱਖ ਇਤਿਹਾਸਕ ਪੁਸਤਕਾਂ ਵਿੱਚ ਹਨ ਅਤੇ ਜੋ ਪ੍ਰਮਾਣਿਤ ਹਨ। ਇਸ ਲਈ ਪੂਜਕ ਮਾਫਾ ਨੀ, ਸਿੱਖ ਇਤਿਹਾਸ ਸਾਖੀਆਂ ਅਤੇ ਗੁਰਬਾਣੀ ਵਿਚਾਰ ਸੁਣਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਆਪਣੀ ਅਸ਼ੀਸ਼ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦਾ ਸਵਾਲ ਇਹ ਹੈ ਕਿ ਜਦੋਂ ਪੰਡਿਤ ਸ਼ਿਵ ਦੱਤ
ਦਰਸ਼ਨਾਂ ਦੇ ਲਈ ਵਿਆਕੁਲ ਹੋ ਕੇ ਸਮਾਧੀ ਲਾ ਕੇ ਗੰਗਾ ਦੇ ਕਿਨਾਰੇ ਬੈਠਦਾ ਹੈ ਤਾਂ ਉਸ ਵੇਲੇ ਦਾ ਸਮਾਂ ਕੀ ਸੀ?